ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਕੋ ਆਪਸ਼ਨ ਦੌਰਾਨ ਚੁਣੇ ਗਏ ਦੋਵੇਂ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮਲਕੀਤ ਸਿੰਘ ਅਤੇ ਕਸ਼ਮੀਰ ਸਿੰਘ ਇਹ ਦੋਵੇਂ ਮੈਂਬਰ ਕੋ ਆਪਸ਼ਨ ਨਾਲ ਚੁਣੇ ਗਏ ਸਨ ਅਤੇ ਇਹਨਾਂ ਨੇ ਦਿੱਲੀ ਦੀ ਸੰਗਤ ਦੇ ਫਤਵੇ ਦਾ ਸਤਿਕਾਰ ਕਰਦਿਆਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਸਾਡੇ ਸਾਰੇ ਮੈਂਬਰ ਸਾਹਿਬਾਨਾਂ ਵਾਸਤੇ ਬੜਾ ਇਤਿਹਾਸਿਕ ਪਲਿਆ, ਜਿੱਥੇ ਅਸੀਂ ਹੁਣ ਤੱਕ 30 ਮੈਂਬਰ ਸੀਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕੇ, ਗੁਰੂ ਸਾਹਿਬ ਦੀ ਬਖਸ਼ਿਸ਼ ਸਦਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਸ ਘਰ 'ਚ ਵਾਧਾ ਹੋਇਆ ਹੈ। ਔਰ ਦੋ ਮੈਂਬਰ ਜਿਹੜੇ ਕਿ ਸਿੰਘ ਸਭਾਵਾਂ 'ਚੋਂ ਨੋਮੀਨੇਟ ਹੋਏ ਸੀ, ਜਿਨ੍ਹਾਂ ਦਾ ਪਹਿਲਾ ਸੀਰੀਅਲ ਨੰਬਰ ਜਿਸ ਦੇ ਅੰਦਰ ਸਰਦਾਰ ਮਲਕੀਤ ਸਿੰਘ ਜੀ ਜੋ ਸਾਡੇ ਵਿੱਚ ਬੈਠੇ ਨੇ, ਸਰਦਾਰ ਮਲਕੀਤ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਬੀਬੀ ਭਾਨੀ, ਜਿਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਆ 12428। ਇਹ ਪਿਛਲੇ ਕਈ ਸਾਲਾਂ ਤੋਂ ਸਿੰਘ ਸਭਾ ਦੇ ਪ੍ਰਧਾਨ ਦੇ ਰੂਪ 'ਚ ਰਘਵੀਰ ਨਗਰ ਅੰਦਰ ਸੇਵਾ ਨਿਭਾ ਰਹੇ ਨੇ ਔਰ ਗੁਰੂ ਸਾਹਿਬ ਨੇ ਇਹਨਾਂ 'ਤੇ ਕਿਰਪਾ ਕੀਤੀ ਔਰ ਲੋਟਰੀ ਦੇ ਰਾਹੀਂ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਥਾਨਾਂ ਦੀ ਮਹਾਨ ਸੇਵਾ ਜਿਹੜੀ ਆ ਉਹ ਗੁਰੂ ਸਾਹਿਬ ਨੇ ਇਹਨਾਂ ਦੀ ਝੋਲੀ ਪਾਈ ਆ। ਔਰ ਇਹਨਾਂ ਦਾ ਸੀਰੀਅਲ ਨੰਬਰ ਵੀ 13 ਸੀ, ਜਿਹੜਾ ਸਭ ਤੋਂ ਪਹਿਲਾਂ ਨੰਬਰ ਨਿਕਲਿਆ ਉਹ ਇਹਨਾਂ ਦਾ 13 ਨੰਬਰ ਨਿਕਲਿਆ। ਦੂਜੇ ਮੇਰੇ ਨਾਲ ਬੈਠੇ ਨੇ ਸਰਦਾਰ ਕਸ਼ਮੀਰ ਸਿੰਘ ਜੀ। ਸਰਦਾਰ ਕਸ਼ਮੀਰ ਸਿੰਘ ਜੀ ਜੋ ਗੁਰਦੁਆਰਾ ਸ਼੍ਰੀਨਗਰ ਆ, ਗੁਰਦੁਆਰਾ ਸਿੰਘ ਸਭਾ ਸ਼੍ਰੀ ਗੁਰੂ ਨਾਨਕ ਸਤਸੰਗ ਸਭਾ, ਇਹ ਦੂਜਾ ਜਿਹੜਾ ਮੈਂਬਰ ਦੇ ਰੂਪ 'ਚ ਨਾਮ ਇਹਨਾਂ ਦਾ ਨਿਕਲਿਆ। ਇਹਨਾਂ ਦਾ ਸੀਰੀਅਲ ਨੰਬਰ 11256 ਔਰ ਇਹ ਪਿਛਲੇ 8 ਸਾਲ ਤੋਂ ਗੁਰੂ ਘਰ ਦੀ ਜਿੱਥੇ ਮਹਾਨ ਸੇਵਾ ਨਿਭਾ ਰਹੇ ਸੀ, ਗੁਰੂ ਸਾਹਿਬ ਨੇ ਇਹਨਾਂ 'ਤੇ ਵੀ ਬਖਸ਼ਿਸ਼ ਕੀਤੀ ਆ ਔਰ ਹੁਣ ਇਹਨਾਂ ਨੂੰ ਵੀ ਇਹਨਾਂ ਮਹਾਨ ਗੁਰੂ ਧਾਮਾਂ ਦੀ ਜੋ ਗੁਰੂ ਚਰਨ ਛੋਹ ਸਥਾਨ ਨੇ ਉਹਨਾਂ ਦੀ ਮਹਾਨ ਸੇਵਾ ਮਿਲੀ ਆ। ਸੰਗਤ ਜੀ, ਇਹ ਅਸੀਂ ਆਪ ਦਾ ਧੰਨਵਾਦ ਕਰਦੇ ਹਾਂ, ਜਿੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਿਵਾ ਕੇ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ। ਕੌਮ ਦੀ ਔਰ ਪੰਥ ਦੀ ਸੇਵਾ ਕਰਨ ਵਾਸਤੇ ਇਹਨਾਂ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਔਰ ਗੁਰੂ ਸਾਹਿਬ ਦੀ ਰਹਿਮਤ ਵੀ ਦੇਖੋ, ਜਿਹੜੇ ਜਿਨ੍ਹਾਂ ਦੇ ਸਹੀ ਨਾਮ ਔਰ ਸਹੀ ਪਰਚੀਆਂ ਨਿਕਲੀਆਂ ਸੀਗੀਆਂ, ਗੁਰੂ ਸਾਹਿਬ ਨੇ ਆਪ ਹੀ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਕਾਬਗੰਜ ਸਾਹਿਬ ਵਿਖੇ ਉਹ ਪਵਿੱਤਰ ਸਥਾਨ ਦੀ ਕਿਰਪਾ ਹੋਈ ਔਰ ਇਹ ਉਸ ਕਮੇਟੀ ਦਾ ਸਾਥ ਦੇ ਰਹੇ ਨੇ ਜਿਹਨੂੰ ਦਿੱਲੀ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਸੇਵਾ ਕਰਨ ਦਾ। ਜਿੱਥੇ 30 ਸੀਟਾਂ ਦੇ ਨਾਲ ਆਏ ਸੀ, ਅੱਜ 32 ਹੋਈਆਂ ਨੇ ਔਰ ਮੈਂ ਜੋ ਸੰਗਤ ਨਾਲ ਵਾਅਦਾ ਕੀਤਾ ਸੀ 40 ਸੀਟਾਂ ਦੇ ਨਾਲ ਇਹ ਗੁਰਦੁਆਰਾ ਕਮੇਟੀ ਦੀ ਹਾਊਸ ਜਿੱਦਣ ਕੌਂਸਟੀਚਿਊਟ ਹੋਊਗਾ ਉਦਨ 40 ਸੀਟਾਂ ਦੇ ਨਾਲ ਆਪਾਂ ਆਪਣੀ ਕਮੇਟੀ ਦੀ ਸੇਵਾ ਸੰਭਾਲਾਂਗੇ। ਬਾਕੀ ਸਾਰੇ ਮੈਂਬਰ ਵੀ ਜੁਆਇਨ ਕਰਨ ਤਿਆਰ ਨੇ, ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਕੰਟਰੋਵਰਸੀ ਹੋਵੇ, ਕਿਉਂਕਿ ਜਿੱਦਣ ਹਾਊਸ ਬਣੂੰਗਾ ਉਹ ਸਾਰੇ ਮੈਂਬਰ ਨੇ ਵੀ ਸਾਡਾ ਸਾਥ ਦੇਣ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਆ। ਸੋ ਮੈਂ ਧੰਨਵਾਦ ਕਰਦਾ ਉਹਨਾਂ ਮੈਂਬਰ ਸਾਹਿਬਾਨਾਂ ਦਾ ਵੀ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ 'ਚ ਬੈਠੇ ਨੇ ਪਰ ਉਹ ਸਾਡਾ ਸਾਥ ਦੇ ਰਹੇ ਨੇ ਔਰ ਉਹਨਾਂ ਦੇ ਸਾਥ ਦੇ ਸਦਕੇ ਹੀ ਇਹ ਸੰਭਵ ਹੋ ਸਕਿਆ ਹੈ ਕਿ ਸਾਡੇ ਨਾਲ ਸਰਦਾਰ ਕਸ਼ਮੀਰ ਸਿੰਘ ਜੀ ਅਤੇ ਸਰਦਾਰ ਮਲਕੀਤ ਸਿੰਘ ਜੀ ਪਹੁੰਚੇ ਨੇ। ਸੋ ਮੈਂ ਪਹਿਲਾਂ ਤਾਂ ਸਰਦਾਰ ਰਣਵੀਰ ਸਿੰਘ ਜੀ ਨੂੰ ਕਹੂੰਗਾ ਉਹ ਵੀ ਵਧਾਈ ਦੇਣ ਸ਼੍ਰੋਮਣੀ ਅਕਾਲੀ ਦਲ ਦੇ ਇਸ ਘਰ 'ਚ ਵਾਧਾ ਹੋਣ ਦੀ ਔਰ ਫਿਰ ਇਹਨਾਂ ਨੂੰ ਅਸੀਂ ਇੱਥੇ ਸਨਮਾਨਿਤ ਕਰਕੇ ਅਤੇ ਗੁਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਆ ਸਰੂਪਾ ਉਹ ਉਹਦੇ ਨਾਲ ਮਹਾਰਾਜ ਦੀ ਬਖਸ਼ਿਸ਼ ਨਾਲ ਸਨਮਾਨਿਤ ਕਰਾਂਗੇ।